ਇਹਨਾਂ ਨੂੰ ਇਸ ਗੁਰਮੁਖ ਨੇ ਸਮਝਾਇਆ ਕਿ ਦੇਖੋ ਪੁੱਤ, ਜਿਹੜਾ ਤੁਹਾਡਾ ਸਰੀਰ ਹੈ ਨਾ, ਤੁਸੀਂ ਇਹਦਾ ਮਾਣ ਨਹੀਂ ਕਰਨਾ। ਇਹ ਮਾਇਆ ਦਾ ਕੱਪੜਾ, ਇਸ ਦੇ ਵਿੱਚ ਗੰਦਗੀ ਹੈ, ਖੂਨ ਹੈ, ਰੇਸ਼ਾ, ਹੱਡੀਆਂ ਨੇ, ਚਮ ਚਲਪੇਟੀਆਂ ਨੇ, ਵਿਸ਼ਟਾ, ਅਸਤ, ਰਕਤ, ਪਰੇਟੇ ਚਾਮ, ਤਿਸ ਉੱਪਰ ਲੈ ਰੱਖਿਓ ਗੁਮਾਨ। ਤੁਸੀਂ ਇਸ ਦਾ ਮਾਣ ਨਹੀਂ ਕਰਨਾ, ਕਿਉਂਕਿ ਉਹ ਸਿਰਜਣਹਾਰੇ ਨੇ ਇਸ ਘਰ ਦੀ ਸਿਰਜਣਾ ਹੀ ਐਸੀ ਕੀਤੀ ਹੈ। ਜਿਹਨੂੰ ਮਹਾਰਾਜ ਸਮਝਾਉਂਦੇ, ਆਪਦੇ ਬੱਚਿਆਂ ਨੂੰ ਸਮਝਾ ਰਿਹਾ, ਰਮਈਆ ਕੇ ਗੁਣਚੇਤ ਪੁਰਾਣੀ, ਕਮਨ ਮੂਲ ਅਤੇ ਕਮਨ ਦਿਸਟਾਣੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨਮੇ ਤੁਝੇ ਉਭਾਰਿਆ। ਦੇਖ ਪੁੱਤ, ਤੇਰੀਆਂ ਅੱਖਾਂ ਬਣਾਈਆਂ ਉਹਨੇ ਕਮਾਲ ਕਰਦੀ, ਤੇਰਾ ਨੱਕ, ਤੇਰਾ ਮੁੱਖ, ਉਸ ਦੀ ਸਿਰਜਣਾ। ਪਰ ਜਿਸ ਖੇਲ ਵਿੱਚ ਆਪਾਂ ਉਤਰੇ ਹੋਏ, ਇੱਥੇ ਇਸ ਕਾਲ ਨੇ ਇਸ ਬਿਖ ਦਾ ਇਸਤੇਮਾਲ ਕਰਨਾ। ਮਹਾਰਾਜ ਕੀ ਸਮਝਾਉਂਦੇ, ਇਸਤਰੀ ਪੁਰਖ ਸਿਰਜੀਅਨ ਬਿਖ ਮਾਇਆ ਮੋਹ ਪਿਆਰੋ। ਬੱਚੇ ਬੜੇ ਸਾਵਧਾਨ ਨੇ, ਖੇਲ ਨੂੰ ਸਮਝਦੇ ਨੇ, ਹੁਣ ਆਪ ਵੀ ਸੁੱਖ ਲੈ ਰਹੇ ਨੇ, ਮਾਂ ਪਿਓ ਵੀ ਸੁੱਖ ਲੈ ਰਿਹਾ, ਕੋਈ ਤ੍ਰਿਸ਼ਨਾ ਨਹੀਂ ਇਹਨਾਂ ਦੇ ਮਨ 'ਚ। ਇਹਨਾਂ ਨੂੰ ਭਰੋਸਾ ਆ ਗਿਆ ਵੀ ਦੇਸ਼ ਹੀ ਬਗਾਨਾ ਹੈ ਅਤੇ ਸਾਡਾ ਘਰ ਹੀ ਨਹੀਂ, ਅਤੇ ਇਹਦਾ ਲਾਲਚ ਕਾਹਦਾ, ਜਿੰਨੀ ਕੁ ਲੋੜ ਉਹਨਾਂ ਕਰ ਰਹੇ। ਅਤੇ ਵੱਧ ਤੋਂ ਵੱਧ ਸਮਾਂ ਇਹ ਸੰਗਤ ਕਰਦੇ ਨੇ, ਸਿਮਰਨ ਕਰਦੇ ਨੇ, ਬਹੁਤ ਸੁਖੀ ਜੀਵਨ ਚੱਲ ਰਿਹਾ ਇਹਨਾਂ ਦਾ। ਅਤੇ ਲੋਕ ਇਹਨਾਂ ਦੀਆਂ ਮਿਸਾਲਾਂ ਦਿੰਦੇ ਨੇ, ਦੇਖੋ ਜੀ ਉਹ ਪਰਿਵਾਰ ਸੰਗਤ ਕਰਦਾ ਅਤੇ ਮਾਰੇ ਕਿਰਪਾ ਹੈ, ਕਿਉਂਕਿ ਸੰਗਤ ਇੱਕ ਸਕੂਲ ਹੈ। ਮਹਾਰਾਜ ਕਹਿੰਦੇ, ਸਤ ਸੰਗਤ ਸਤਿਗੁਰ ਚਟਸਾਲ ਹੈ, ਜਿੱਤ ਹਰ ਗੁਣ ਸਿੱਖਾ। ਹੁਣ ਇਸ ਨੇ ਆਪਦੇ ਬੱਚਿਆਂ ਨੂੰ, ਆਪਦੇ ਪਰਿਵਾਰ ਨੂੰ ਦ੍ਰਿੜ ਕਰਾ ਦਿੱਤਾ ਕਿ ਦੇਖੋ ਮੈਂ ਤੁਹਾਡੇ ਨਾਲ ਸਦਾ ਨਹੀਂ ਰਹਿ ਸਕਦਾ, ਤੁਸੀਂ ਕਰਮ 'ਤੇ ਜਾਣਾ ਹੈ, ਨੌਕਰੀ 'ਤੇ ਜਾਣਾ ਹੈ, ਦੂਰੀ ਹੈ, ਲੇਕਿਨ ਆਹ ਤੁਹਾਡਾ ਪਿਤਾ ਹਰ ਵੇਲੇ ਤੁਹਾਡੇ ਅੰਗ ਸੰਗ ਰਹੇਗਾ, ਤੁਸੀਂ ਇਹਦੇ ਨਾਲ ਪਿਆਰ ਪਾਓ। ਜਿਸ ਨੂੰ ਮਹਾਰਾਜ ਸਮਝਾਉਂਦੇ, ਕਹਿੰਦੇ, ਸਾਜਨ ਮੀਤ ਸੁਆਮੀ ਨੇਰੋ, ਪੇਖਤ ਸੁਨਤ ਸਭ ਕੇ ਸੰਗੇ, ਥੋੜ੍ਹੇ ਕਾਜ ਬੁਰਾ ਕਿਉਂ ਫੇਰੋ। ਕਹਿੰਦੇ ਜਿਵੇਂ ਜਿਵੇਂ ਤੁਸੀਂ ਸ਼ਬਦ ਕਮਾਓਗੇ ਤਾਂ ਤੁਹਾਨੂੰ ਦਿਸੇਗਾ ਤੁਹਾਡਾ ਪਿਤਾ, ਉਹ ਪ੍ਰਕਾਸ਼ ਰੂਪ ਹੈ, ਸ਼ੀਸ਼ੇ ਦੀ ਤਰ੍ਹਾਂ ਸਾਫ਼ ਹੈ। ਜਿਸ ਨੂੰ ਮਹਾਰਾਜ ਸਮਝਾਉਂਦੇ ਕਿ ਤੁਮ ਹੀ ਮੇ ਬਸੇ ਨਿਰੰਤਰ, ਨਾਨਕ ਦਰਪਣ ਨਿਆਈ। ਫਿਰ ਕਹਿੰਦੇ ਜਿਵੇਂ ਜਿਵੇਂ ਪੁੱਤ ਸਿਮਰਨ ਕਰੋਗੇ ਤੁਹਾਨੂੰ ਦਿਸੇਗਾ, ਜਿਵੇਂ ਆਪਣਾ ਬੱਚਿਆਂ ਦਾ ਪ੍ਰੋਗਰਾਮ ਹੁੰਦਾ ਐਤਵਾਰ ਨੂੰ 1 ਤੋਂ 3, ਉਹ ਇੱਕ ਛੋਟੀ ਜਿਹੀ ਬੱਚੀ ਆਈ, ਕਹਿੰਦੀ ਬਾਬਾ ਜੀ ਤੁਸੀਂ ਸਾਨੂੰ ਦੱਸਿਆ ਪਰਮਾਤਮਾ ਬਿਲਕੁਲ ਸਾਹਮਣੇ ਸਵਾਸ ਦੇ ਕੇ ਜਿੰਦਾ ਰੱਖ ਰਿਹਾ, ਸਾਨੂੰ ਪਤਾ ਲੱਗ ਗਿਆ ਵੀ ਸਾਡੇ ਮੰਮੀ ਪਾਪਾ ਦਾ ਸਵਾਸ ਸਾਨੂੰ ਦਿੰਦੇ ਨੇ, ਇਹ ਤਾਂ ਪਰਮਾਤਮਾ ਦਿੰਦਾ, ਅਤੇ ਸ਼ੀਸ਼ੇ ਵਾਂਗੂ ਸਾਫ਼ ਹੈ, ਪਰ ਸਾਨੂੰ ਦਿਸਦਾ ਕਿਉਂ ਨਹੀਂ? ਦੇਖੋ ਕਿੰਨਾ ਦਿਮਾਗ ਹੈ ਬੱਚਿਆਂ ਦਾ। ਹਾਂਜੀ, ਮਹਾਰਾਜ ਕਹਿੰਦੇ ਦਿਸੇਗਾ ਪੁੱਤ, ਤੁਹਾਡਾ ਮਨ ਵਿਚਾਰਾਂ ਦੇ ਵਿੱਚ ਸੁੱਤਾ ਹੋਇਆ ਨਾ, ਤਾਂ ਨਹੀਂ ਦਿਸਦਾ। ਤੇ ਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਹੁਣ ਇਹ ਦੱਸਦੇ ਨੇ ਆਪਦੇ ਬੱਚਿਆਂ ਨੂੰ ਕਿ ਤੁਸੀਂ ਸਿਮਰਨ ਕਰੋ ਗੁਰੂ ਦੀ ਮੱਤ ਵਿੱਚ, ਤਾਂ ਦਿਸੇਗਾ। ਸਾਹਿਬ ਮੇਰਾ ਸਦਾ ਹੈ, ਦੀਸੇ ਸ਼ਬਦ ਕਮਾਏ। ਹੁਣ ਬੱਚੇ ਸਿਮਰਨ ਕਰਦੇ ਨੇ, ਮਾਲਕ ਦੇ ਅੰਗ ਸੰਗ ਰਹਿੰਦੇ ਨੇ, ਉਹਨੂੰ ਯਾਦ ਰੱਖਦੇ ਨੇ, ਅਤੇ ਇਹ ਸਮਝਾਉਂਦੇ ਨੇ ਪੁੱਤ ਜੇ ਕੋਈ ਤੁਹਾਡੇ 'ਤੇ ਮੁਸ਼ਕਲ ਬਣੇਗੀ ਨਾ, ਪਹਿਲੀ ਗੱਲ ਤਾਂ ਬਣਦੀ ਨਹੀਂ, ਤੁਸੀਂ ਉਹਨੂੰ ਯਾਦ ਕਰਦੇ ਹੋ। ਅਤੇ ਚਲੋ ਕਾਲ ਦਾ ਦੇਸ਼ ਹੈ, ਅਤੇ ਕਈ ਵਾਰੀ ਬਣ ਵੀ ਜਾਵੇ ਤਾਂ ਉਹ ਤੁਹਾਡੀ ਮਦਦ ਕਰੇਗਾ, ਤੁਹਾਡੀ ਮਦਦ 'ਤੇ ਉੱਥੇ ਉੱਤਰ ਆਏਗਾ, ਜਿਵੇਂ ਭਗਤਾਂ ਦੀ ਮਦਦ 'ਤੇ ਆਇਆ। ਹੁਣ ਬੱਚਿਆਂ ਨੂੰ ਵੀ ਭਰੋਸਾ ਆ ਗਿਆ, ਮਾਂ ਪਿਓ ਨੂੰ ਵੀ ਭਰੋਸਾ ਆ ਗਿਆ ਉਸ ਪਰਮਾਤਮਾ 'ਤੇ, ਅਤੇ ਬੜੇ ਸੁਖੀ ਨੇ, ਕੋਈ ਟੈਨਸ਼ਨ ਨਹੀਂ ਇਹਨਾਂ ਨੂੰ ਕਿ ਸਾਡਾ ਬੱਚਾ ਜਾਂ ਸਾਡੀ ਬੱਚੀ ਘਰੋਂ ਦੂਰ ਗਏ ਨੇ,
ਪਤਾ ਨਹੀਂ ਕਿਸ ਹਾਲਤ ਵਿੱਚ ਹੋਣਗੇ, ਕਿਉਂਕਿ ਇਹਨਾਂ ਨੇ ਆਪਦਾ ਫਰਜ਼ ਨਿਭਾ ਦਿੱਤਾ ਵੀ ਸਾਡੇ ਤਾਂ ਤੁਸੀਂ ਹੈ ਨਹੀਂ, ਤੁਸੀਂ ਤਾਂ ਉਸ ਮਾਲਕ ਦਾ ਸਰਗੁਣ ਸਰੂਪ ਹੋ, ਅਸੀਂ ਤਾਂ ਤੁਹਾਨੂੰ ਉਹਦਾ ਰੂਪ ਸਮਝ ਕੇ ਪਾਲਦੇ ਹਾਂ। ਅਤੇ ਜਦੋਂ ਅਸੀਂ ਬੱਚਿਆਂ ਨੂੰ ਉਹਦਾ ਰੂਪ ਸਮਝਾਂਗੇ ਤਾਂ ਉਸ ਤੋਂ ਵੀ ਜ਼ਿਆਦਾ ਤਰੀਕੇ ਨਾਲ ਪਾਲਾਂਗੇ ਵੀ ਇਹਦੇ ਪਿਤਾ ਦੇ ਇਹਨੂੰ ਗੁਣ ਸਿਖਾਈਏ। ਉਹ ਮਿੱਠਾ ਬੋਲਦਾ, ਕੌੜਾ ਕਦੇ ਬੋਲਦਾ ਨਹੀਂ, ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਦਾ, ਈਰਖਾ ਨਹੀਂ ਕਰਦਾ, ਦੁਬਧਾ ਨਹੀਂ ਕਰਦਾ। ਇਸ ਕਰਕੇ ਹੁਣ ਇਹਨਾਂ ਨੂੰ ਕੋਈ ਚਿੰਤਾ ਨਹੀਂ, ਇਹਨਾਂ ਨੂੰ ਪਤਾ ਕਿ ਮਾਲਕ ਰੱਖਾ ਹੈ। ਜਦੋਂ ਕਿਤੇ ਮਿਲਦੇ ਨੇ ਜਾਂ ਫੋਨ 'ਤੇ ਗੱਲ ਕਰਦੇ ਨੇ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਫਿਰ ਸੁੱਖ ਸ਼ਾਂਤ ਪੁੱਛ ਕੇ। ਅਤੇ ਮਾਂ ਪਿਓ ਫਿਰ ਵੀ ਬੱਚਿਆਂ ਨੂੰ ਨਸੀਹਤ ਦਿੰਦਾ ਰਹਿੰਦਾ ਕਿ ਪੁੱਤ ਸਿਮਰਨ ਕਰਨਾ, ਦੇਖੋਗੇ ਤਾਂ ਤੁਹਾਨੂੰ ਇਹ ਪੜ੍ਹਾਈ ਦੇ ਵਿੱਚ ਉਲਝਾ ਲੈਣ ਜਾਂ ਕਰਮ 'ਤੇ ਉਲਝਾ ਲੈਣ, ਕਿਤੇ ਐਸਾ ਨਾ ਹੋਏ ਤੁਸੀਂ ਇੱਥੋਂ ਦੇ ਮਾਲਕ ਨਾ ਬਣ ਜਿਓ। ਅਤੇ ਜੇ ਤੁਸੀਂ ਨੌਕਰ ਰਹੋਗੇ ਤਾਂ ਮਾਇਆ ਤੁਹਾਡਾ ਪਿੱਛਾ ਕਰੇਗੀ, ਤੁਹਾਡੀ ਦਾਸੀ ਰਹੇਗੀ। ਅਤੇ ਜੇ ਤੁਸੀਂ ਇੱਥੋਂ ਦੇ ਮਾਲਕ ਬਣ ਗਏ, ਤੁਸੀਂ ਭਰਮ ਵਿੱਚ ਪੈ ਜਾਂਦੇ ਤਾਂ ਤੁਹਾਨੂੰ ਇਹਦੇ ਮਗਰ ਭਜਣਾ ਪਏਗਾ, ਦੁਖੀ ਹੋਵੋਗੇ। ਫਿਰ ਵੀ ਸਮਝਾਉਂਦੇ ਰਹਿੰਦੇ ਨੇ, ਬਹੁਤ ਸੁੱਖ ਹੈ ਮਾਰੇ ਕਿਰਪਾ। ਲੇਕਿਨ ਕੀ ਹੋਇਆ, ਇਹਦਾ ਵਿਚਾਰੇ ਦਾ ਸਮਾਂ ਆ ਗਿਆ। ਗੁਰਮੁਖ ਜਦੋਂ ਹੁਣ ਇਸਨੇ ਦੇਖਿਆ, ਜਿਵੇਂ ਹੁਣ ਆਪਾਂ ਸਾਰੇ ਅਭਿਆਸ ਕਰਦੇ ਹਾਂ, ਜਦੋਂ ਸਾਡਾ ਅੰਤ ਸਮਾਂ ਆਉਂਦਾ ਹੈ, ਸਾਡੇ ਜਿਹੜੇ ਸ਼ਬਦ ਨੇ ਬੜੇ ਤੇਜ਼ ਹੋ ਜਾਂਦੇ ਨੇ, ਅੰਮ੍ਰਿਤ ਬਹੁਤ ਜ਼ਿਆਦਾ ਵੱਜ ਜਾਂਦਾ। ਅਤੇ ਗੁਰਮੁਖਾਂ ਨੂੰ ਗਿਆਨ ਹੈ, ਉਹ ਧਿਆਨ ਲਾਉਂਦੇ ਨੇ ਕਿ ਵੀ ਹੁਣ ਤਿਆਰੀ ਹੈ। ਹੁਣ ਇਹਨੇ ਹੀ ਆਪਦੇ ਪਰਿਵਾਰ ਨੂੰ ਪਹਿਲਾਂ ਸਮਝਾਇਆ ਸਾਰਾ ਖੇਲ, ਅਤੇ ਇਕੱਠਿਆ ਕੀਤਾ, ਬੁਲਾ ਲਿਆ ਕਿ ਦੇਖੋ ਪੁੱਤ, ਮਾਲਕ ਦਾ ਹੁਕਮ ਅਟਲ ਹੈ। ਜਿੰਨੇ ਉਹ ਜੀਵ ਨੂੰ ਸਵਾਸ ਦੇ ਦਿੰਦਾ, ਉਹ ਵੱਧ ਕੱਟ ਨਹੀਂ ਸਕਦੇ। ਗਿਣ ਕਾਲੇ ਸਭ ਦੇ ਵਸਾਸ, ਨੈ ਵੜਨ ਕਟਨ ਤਿਲ ਸਾਰ। ਅਤੇ ਹੁਣ ਪੁੱਤ ਮੇਰਾ ਆ ਗਿਆ ਸਮਾਂ, ਅਤੇ ਮੈਂ ਜਾਣਾ ਹੈ, ਅਤੇ ਹੁਣ ਤੁਸੀਂ ਵਿਰਾਗ ਨਹੀਂ ਕਰਨਾ। ਜੇ ਤੁਸੀਂ ਵਿਰਾਗ ਕਰੋਗੇ, ਕਿਉਂਕਿ ਮੋਹ ਐਸੀ ਚੀਜ਼ ਹੈ ਬੜੀ ਕਲਾ ਇਹਦੇ ਕੋਲ, ਕਿਤੇ ਐਸਾ ਨਾ ਹੋਏ ਮੇਰਾ ਧਿਆਨ ਨਾ ਬਦਲ ਦੇ। ਅਤੇ ਜੇ ਮੇਰਾ ਧਿਆਨ ਬਦਲ ਗਿਆ ਤਾਂ ਸਾਰੀ ਉਮਰ ਦੀ ਮੇਰੀ ਕੀਤੀ ਕਮਾਈ ਕਿਤੇ ਵਿਅਰਥ ਨਾ ਚਲੀ ਜਾਵੇ। ਇਸ ਕਰਕੇ ਤੁਸੀਂ ਸ਼ੇਰ ਬਣ ਕੇ ਹੌਂਸਲਾ ਰੱਖਣਾ, ਅਤੇ ਮੈਂ ਹੁਣ ਦੇਹ ਛੱਡਣੀ, ਤੂੰ ਸਿਮਰਨ ਕਰਨਾ। ਮੈਨੂੰ ਪਤਾ ਹੈ ਕਿ ਵਿਛੋੜਾ ਚੱਲਣਾ ਬਹੁਤ ਔਖਾ, ਤੁਹਾਡਾ ਮਨ ਨਹੀਂ ਰੁਕੇਗਾ, ਪਰ ਫਿਰ ਵੀ ਤੁਸੀਂ ਕੰਟਰੋਲ ਕਰਨਾ। ਹੁਣ ਜਿਹੜੇ ਮਨਮੁੱਖ ਨੇ ਉਹਨਾਂ ਨੂੰ ਗਿਆਨ ਨਹੀਂ ਹੈਗਾ। ਉਹ ਜਦੋਂ ਕੋਈ ਜੀਵ ਦੇਹ ਛੱਡਦਾ ਹੈ, ਉਲਟਾ ਕਹਿੰਦੇ ਨੇ ਪਛਾਣ ਖਾਂ ਕੌਣ ਹੈ, ਕਹਿੰਦੇ ਵੱਡੇ ਬੱਚੇ ਨੂੰ ਸੱਦੋ, ਪਛਾਣ ਖਾਂ ਇਹ ਤੇਰਾ ਪੁੱਤਰ ਹੈ। ਉਹ ਸਾਰੀ ਉਮਰ ਉਹਨੂੰ ਪਾਲਦਾ ਰਿਹਾ, ਪਛਾਣਦਾ ਹੀ ਰਿਹਾ, ਹੁਣ ਉਹਨੇ ਘਰ ਜਾਣਾ, ਉਹਨੂੰ ਜਾਣ ਦਿਓ। ਅਤੇ ਜੇ ਅੰਤ ਸਮੇਂ ਪੁੱਤਰ 'ਚ ਧਿਆਨ ਚਲੇ ਗਿਆ ਤਾਂ ਉਹਨੇ ਸੂਰ ਬਣ ਜਾਣਾ। ਅੰਤ ਕਾਲ ਜੋ ਲੜਕੇ ਸਿਮਰੇ, ਐਸੀ ਚਿੰਤਾ ਮੇਂ ਜੋ ਮਰੇ, ਸ਼ੂਕਰ ਜੂਨਵੇਂ ਵਾਲ ਵਾਲਾ ਉਤਰੇ। ਲੇਕਿਨ ਹੁਣ ਇਹਨਾਂ ਨੂੰ ਗਿਆਨ ਹੈ, ਸਿਕਸ਼ਾ ਦਵਾਈ ਆ ਉਹਦੇ ਬੱਚਿਆਂ ਨੂੰ ਸੰਗਤ ਵਿੱਚੋਂ, ਜਿਹਨੂੰ ਮਹਾਰਾਜ ਕਹਿੰਦੇ ਸਤ ਸੰਗਤ ਸਤਿਗੁਰ ਚਟਸਾਲ ਹੈ, ਜਿੱਤ ਹਰ ਗੁਣ ਸਿੱਖਾ। ਅਤੇ ਫਿਰ ਆਪ ਘਰੇ ਦ੍ਰਿੜਕਾਉਂਦਾ ਰਿਹਾ। ਇਹ ਕਹਿੰਦੇ ਠੀਕ ਹੈ ਜੀ, ਕਿਉਂਕਿ ਇਹਨਾਂ ਨੂੰ ਭੇਤ ਆ ਗਿਆ ਕਿ ਮਰਨ ਲਿਖਾਏ ਮੰਡਲ ਮੇਂ ਆਏ, ਲਿਖਾ ਕੇ ਆਏ ਜਾਣਾ ਪੈਣਾ। ਆਪਾਂ ਹੁਣ ਇਹ ਮੰਨ ਲਿਆ ਵੀ ਸਾਰਾ ਹੀ ਉਹਦਾ ਰੂਪ ਹੈ, ਬਸ ਇਹ ਵੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ। ਅਤੇ ਦੂਜਾ ਆਪਾਂ ਕੀ ਮੰਨਿਆ ਕਿ ਅਮਨ ਨਹੀਂ ਚੰਗੇ ਬੁਰਾ ਨਹੀਂ ਕੋਹੇ, ਅਤੇ ਇਹਨਾਂ ਨੇ ਮਿੰਟੋ ਮਿੰਟ ਹੀ ਸਾਨੂੰ ਚੰਗੇ ਬਣਾ ਦੇਣਾ। ਆਪਾਂ ਇਹੀ ਯਾਦ ਰੱਖਣਾ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਹੇ, ਪਹਿਲਾਂ ਮਰਨ ਕਬੂਲ ਕਰ, ਜੀਵਨ ਕੀ ਛੱਡ ਆਸ, ਹੋ ਸਬਨ ਕੀ ਰੇਨਕਾ ਤੋ ਆਓ ਹਮਾਰੇ। ਆਪਾਂ ਨੂੰ ਭਰੋਸਾ ਆ ਗਿਆ ਜੋ ਉਹ ਕਰਦਾ ਨਾ ਉਹ ਹੀ ਹੁੰਦਾ ਹੈ,
ਜੋ ਪ੍ਰਭ ਕਰੇ ਸੋ ਭਲ ਮਾਨਿਓ, ਇਸ ਮਤ ਸਾਧੂ 'ਤੇ ਪਾਈ। ਆਪਣੇ 'ਤੇ ਉਹਨੇ ਕਿਰਪਾ ਕੀਤੀ, ਆਪਾਂ ਨੂੰ ਸੰਗਤ 'ਚ ਲਿਆ ਹੈ। ਦੇਖੋ ਖੁਸ਼ ਆ, ਤੁਮਰੀ ਕਿਰਪਾ 'ਤੇ ਪਇਓ ਸਾਧ ਸੰਗ, ਇਹ ਕਾਜ ਤੁਮ ਆਪ ਕੀਓ। ਸਭ ਤੋਂ ਪਿਆਰੀ ਚੀਜ਼ ਬੁੱਕਲ 'ਚ ਲੈ ਕੇ ਬੈਠਾ ਹੈ, ਜਿਵੇਂ ਮਾਂ ਬੱਚੇ ਨੂੰ ਕਹਿੰਦੀ, ਜਿਉਂ ਬੁਲਾਏ ਤੋਂ ਬੋਲਾਂ ਸੁਆਮੀ, ਕੁਦਰਤ ਕਮਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅੱਤ ਪਿਆਰੀ। ਸਭ ਤੋਂ ਪਿਆਰੀ ਚੀਜ਼ ਆ ਉਹਦੀ। ਸੋ ਇੰਨੇ ਵਿਚਾਰ ਕਰਦਿਆਂ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਗੁਰੂ ਬਖਸ਼ਣ ਯੋਗ ਨੇ ਬਖਸ਼ ਦੇਣਾ ਜੀ, ਦਾਸ ਤੁਹਾਡਾ ਬੱਚਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।